ਦੀਵਾਲੀ ਤੋਂ ਵੀ ਵੱਡਾ ਤਿਉਹਾਰ ਹੈ। ਜਦੋਂ ਦੀਵਾਲੀ ਆਈ ਸੀ ਉਦੋਂ ਭਗਵਾਨ ਰਾਮ ਅਯੋਧਿਆ 'ਚ ਆਏ ਸੀ ਅਤੇ ਅੱਜ ਵੀ ਅਯੋਧਿਆ 'ਚ ਆਏ ਹੈ ਔਰ ਉਦੋਂ 14 ਸਾਲ ਦੇ ਬਨਵਾਸ ਤੋਂ ਬਾਅਦ ਆਏ ਸੀ, ਅੱਜ 5000 ਸਾਲ ਦੇ ਬਨਵਾਸ ਤੋਂ ਬਾਅਦ ਅਯੋਧਿਆ 'ਚ ਆ ਰਹੇ ਹੈ। ਤੋ ਇਸ ਕਰਕੇ ਇਹਦੀ ਖੁਸ਼ੀ ਇਕੱਲੇ ਹਿੰਦੁਸਤਾਨ 'ਚ ਨਹੀਂ, ਮਤਲਬ ਦੇਸ਼ਾਂ ਵਿਦੇਸ਼ਾਂ 'ਚ ਨਹੀਂ, ਪੂਰੇ ਬ੍ਰਹਿਮੰਡ 'ਚ ਇਹਦੀ ਖੁਸ਼ੀ ਮਨਾਈ ਜਾ ਰਹੀ ਹੈ। ਸੋ ਇਸ ਕਰਕੇ ਉਸ ਖੁਸ਼ੀ ਦਾ ਅਸੀਂ ਵੀ ਸਾਰੇ ਹਿੱਸੇਦਾਰ ਹਾਂ। ਘਰ ਵਾਸਤੇ ਲੈਣਾ ਤੁਸੀਂ? ਨਹੀਂ, ਅਸੀਂ ਪੂਰੇ ਮੁੱਲੇ ਲਈ ਲੈਣਾ ਹੈ ਜੀ। ਇਹ ਇਕੱਲਾ ਕਿਉਂਕਿ ਘਰ ਦਾ ਤਿਉਹਾਰ ਨਾ, ਪੂਰੇ ਮੁੱਲੇ ਦਾ ਤਿਉਹਾਰ ਹੈ। ਤੋ ਇਸ ਕਰਕੇ ਅਗਰ ਭਗਵਾਨ ਰਾਮ ਆ ਰਹੇ ਆ ਤਾਂ ਪੂਰਾ ਮੁੱਲਾ ਸਜਣਾ ਚਾਹੀਦਾ, ਇਸ ਕਰਕੇ ਮੁੱਲਾ ਪੂਰਾ ਸਜਾ ਰਹੇ ਆ। ਕਿੱਦਾਂ ਵੇਖਦੇ ਹੋ ਹਰ ਹਰ ਧਰਮ ਦੇ ਵਿੱਚ ਖੁਸ਼ੀ ਹੈ ਤੇ ਮਨਾਈ ਜਾ ਰਹੀ ਹੈ? ਕਿਉਂਕਿ ਭਗਵਾਨ ਰਾਮ ਇੱਕ ਧਰਮ ਦੇ ਨਹੀਂ ਹੈ ਨਾ, ਭਗਵਾਨ ਰਾਮ ਪੂਰੇ ਬ੍ਰਹਿਮੰਡ ਦੇ ਨੇ। ਸੋ ਇਸ ਕਰਕੇ ਮੈਂ ਤਾਂ ਇਹ ਵੀ ਸੰਦੇਸ਼ ਦੇਣਾ ਚਾਹੁੰਦਾ ਵਾਂ ਕਿ ਜਿਹੜੇ ਲੋਕ ਜਿਉਂਦੇ ਨੇ ਉਹ ਮੰਨਦੇ ਨੇ ਭਗਵਾਨ ਰਾਮ ਨੂੰ, ਉਹ ਜਿਉਂਦੇ ਜੀ ਜਾਣਗੇ, ਅਤੇ ਜਿਹੜੇ ਲੋਕ ਭਗਵਾਨ ਰਾਮ ਨੂੰ ਨਹੀਂ ਮੰਨਦੇ ਉਹ ਮਰਨ ਤੋਂ ਬਾਅਦ ਜਾਣਗੇ, ਮਤਲਬ ਜਾਣਾ ਸਭ ਨੇ ਭਗਵਾਨ ਰਾਮ ਕੋਲ ਹੀ ਹੈ। ਤੋ ਇਸ ਕਰਕੇ ਭਗਵਾਨ ਰਾਮ ਦੀ ਖੁਸ਼ੀ ਆਪਾਂ ਸਾਰੇ ਮਿਲ ਕੇ ਮਨਾ ਰਹੇ ਹਾਂ। ਕਿੱਦਾਂ ਦੇ ਝੰਡੇ ਅੱਜ ਫਿਰ ਪਸੰਦ ਕੀਤੇ? ਮੈਂ ਕਿਹਾ ਜੀ ਬਸ ਸਾਨੂੰ ਜਿੱਥੇ ਭਗਵਾਨ ਰਾਮ ਦੀ ਫੋਟੋ ਲੱਗੀ ਹੋਵੇ, ਹਨੂੰਮਾਨ ਜੀ ਦੀ ਫੋਟੋ ਲੱਗੀ ਹੋਵੇ, ਉਹ ਆਪਾਂ ਝੰਡੇ ਅੱਜ ਪਸੰਦ ਕਰਕੇ ਜਾਵਾਂਗੇ। ਬਹੁਤ ਭਾਜੀ ਡਿਮਾਂਡ ਹੀ ਬਹੁਤ ਹੈ ਭਾਜੀ, ਐਡੀ ਵੱਡੀ ਖੁਸ਼ੀ ਦਾ ਦਿਨ ਹੈ ਜੀ, 22 ਜਨਵਰੀ ਨੂੰ ਸਾਰਿਆਂ ਨੂੰ ਪਤਾ ਜੀ ਹਰ ਥਾਂ ਲੱਗਣ ਦੇ, ਪੂਰੇ ਪੰਜਾਬ 'ਚ ਪੂਰੇ ਵਿਸ਼ਵ 'ਚ ਲੱਗਣ ਦੇ। ਤੁਸੀਂ ਕਿੰਨੇ ਕਮਾਉਣ ਚੁੱਕੇ? ਅਸੀਂ ਭਾਜੀ ਘੱਟੋ ਘੱਟ ਦੇ 8-10 ਹਜ਼ਾਰ ਦੇ ਲੈ ਚੱਲੇ ਹਾਂ, ਫਿਰ ਝੰਡੇ ਲੈਣ ਹੀ ਆਏ ਹਾਂ। ਡਿਮਾਂਡ ਹੀ ਬਹੁਤ ਹੈ ਜੀ, ਹਰ ਮਤਲਬ ਦੁਕਾਨ 'ਤੇ, ਹਰ ਸੰਸਥਾ, ਜਿੱਥੇ ਵੀ ਮਤਲਬ ਮੰਦਰ ਦੇ ਕਲੋਨੀਆਂ 'ਚ ਹਰ ਥਾਂ ਲੱਗ ਰਹੇ ਝੰਡੇ ਜੀ। ਹਾਂਜੀ 8-10 ਹਜ਼ਾਰ ਜੀ। ਨਹੀਂ ਨਹੀਂ ਭਾਜੀ ਫ੍ਰੀ, ਮਤਲਬ ਅਸੀਂ 10-12 ਜਣਿਆਂ ਦਾ ਸਾਡਾ ਗਰੁੱਪ ਵਾ, ਅਸੀਂ ਮਿਲ ਕੇ ਜੋ ਵੀ ਚਲੋ ਏਡੇ ਵੱਡੇ ਦਿਨ ਦੀ ਖੁਸ਼ੀ ਦੀ ਵਜ੍ਹਾ ਹੀ ਲਗਾ ਰਹੇ ਹਾਂ ਥਾਂ ਥਾਂ 'ਤੇ, ਕਲੋਨੀਆਂ ਦੇ ਵਿੱਚ ਜਾ ਕੇ। ਸਾਡੀ ਸਾਰੇ ਹੀ ਧਾਰਮਿਕ ਸਮਾਨ ਸਾਡੇ ਕੋਲ ਮਿਲਦਾ, ਲੋਕ ਦੂਰੋਂ ਦੂਰੋਂ ਆਉਂਦੇ ਨੇ ਸਾਡੇ ਕੋਲ, ਠੀਕ ਹੈ ਜੀ, ਆਪਣਾ ਠਾਕੁਰ ਜੀ ਦਾ ਸਮਾਨ ਲੈਣ, ਠਾਕੁਰ ਜੀ ਦਾ, ਠੀਕ ਹੈ, ਰਾਮ ਜੀ ਨੂੰ ਵੀ ਠਾਕੁਰ ਜੀ, ਲੱਲਾ ਜੀ ਕਹਿੰਦੇ ਸਾਨੂੰ, ਲੱਲਾ ਜੀ ਵਾਸਤੇ ਆਪਣਾ ਵਧੀਆ ਤੋਂ ਵਧੀਆ ਪੁਸ਼ਾਕ ਦਿੱਤੀ ਜਾਵੇ। ਹਾਂਜੀ ਬਿਲਕੁਲ ਜੀ, ਬਹੁਤ ਹੀ ਵਧੀਆ ਅਸਰ ਆਇਆ ਜੀ, ਬਹੁਤ ਹੀ ਵਧੀਆ, ਜਿਹਨੂੰ ਨਹੀਂ ਪਤਾ ਉਹ ਵੀ ਸਾਡੇ ਕੋਲ ਆਇਆ ਵਾ, ਹਰ ਕੋਈ ਨੂੰ ਪਤਾ ਲੱਗਿਆ, ਕੋਨੇ ਕੋਨੇ ਪਤਾ ਲੱਗਿਆ ਕਿ ਹਾਂਜੀ ਉੱਥੇ ਜਾ ਕੇ ਬਹੁਤ ਹੀ ਘੱਟ ਰੇਟ ਦੇ ਵਿੱਚ ਸਾਨੂੰ ਸਮਾਨ ਮਿਲ ਰਿਹਾ ਵਾ, ਅਤੇ ਕਿਉਂ ਨਾ ਆਪਾਂ ਵੱਧ ਤੋਂ ਵੱਧ ਕਰੀਏ, ਜਿਹਦਾ ਬਜਟ 100 ਸੀ ਨਾ ਉਹਨੇ 200 ਦਾ ਕੰਮ ਕੀਤਾ, ਕਿਉਂਕਿ ਉਹਦਾ ਕੰਮ ਬਹੁਤ ਵਧੀਆ ਹੈ। ਕਿੱਦਾਂ ਦੀ ਮੰਗ ਹੈ ਲੋਕਾਂ ਦੀ, ਕੀ ਮੰਗਦੇ ਆ? ਲੋਕਾਂ ਦਾ ਇਹੀ ਹੈ ਕਿ ਆਪਾਂ ਹਰ ਆਪਣੇ ਘਰ ਦੇ ਦਰਵਾਜ਼ੇ ਦੇ ਬਾਹਰ, ਘਰ ਕੋਠੇ 'ਤੇ ਜਾ ਕੇ, ਟੈਂਕੀ ਦੇ ਉੱਪਰ ਜਾ ਕੇ ਵੱਡਾ ਝੰਡਾ ਆਪਾਂ ਲਹਿਰਾਉਣਾ ਚਾਹੁੰਦੇ ਹਾਂ ਜੀ। ਐਡਾ ਕੁ ਲੋਕਾਂ ਦਾ ਉਤਸ਼ਾਹ ਹੈ, ਖੁਸ਼, ਲੋਕ ਇੰਨੇ ਖੁਸ਼ ਨੇ ਕਿ ਇਹ ਚੱਲਦਾ ਰਹੇ, ਇਹ ਇੱਦਾਂ ਕਿ 12 ਮਹੀਨੇ ਚੱਲਦਾ ਰਹੇ ਇੱਦਾਂ ਦਾ ਮਾਹੌਲ ਹੀ। ਇਹ ਪੂਰਾ ਡਿਮਾਂਡ ਕੀ ਹੈ ਲੋਕਾਂ ਦੀ? ਡਿਮਾਂਡ ਲੋਕਾਂ ਦੀ ਜੀ, ਸਾਡੇ ਕੋਲ ਭਗਵਾਨ ਜੀ ਦੇ ਘਰ ਲੜੀਆਂ ਲੱਗਣੀਆਂ ਚਾਹੀਦੀਆਂ, ਆਪਣੇ ਆਪਣੇ ਘਰ ਲੜੀਆਂ ਦਾ ਮਾਹੌਲ ਬਣਾਉਣਾ ਚਾਹੀਦਾ, ਦੀਵਾਲੀ ਦੀਵੇ ਜਗਾਉਣੇ ਚਾਹੀਦੇ ਆ। ਇਸ ਤਰ੍ਹਾਂ ਕਰਕੇ ਉਹ ਲੋਕ ਕਹਿ ਰਹੇ ਕਿ ਸਾਨੂੰ ਭਗਵਾਨ ਦਾ ਘਰ ਅਭਿਸ਼ੇਕ ਹੋਣਾ ਚਾਹੀਦਾ ਸਾਡੇ ਘਰ। ਬਹੁਤ ਬਹੁਤ ਜ਼ਿਆਦਾ ਡਿਮਾਂਡ ਹੋਈ ਹੈ ਜੀ, ਮੈਂ ਦੱਸਣਾ ਪਿਆ ਜੀ, ਕਿਤੇ ਮੈਂ 3 ਪੇਟੀਆਂ ਮਾਰਬਲ ਦੀਆਂ ਰਾਮ ਦਰਬਾਰ ਮੰਗਾਏ, ਮਾਰਬਲ ਦੇ, ਇੰਨੀ ਡਿਮਾਂਡ ਹੈ, ਸਾਨੂੰ ਵਧੀਆ ਵਧੀਆ ਰਾਮ ਦਰਬਾਰ ਦਿਓ ਜੀ, ਵਧੀਆ ਵਧੀਆ ਲੁੱਕ ਦੇ ਵਿੱਚ। ਮੈਂ ਹੈਰਾਨ ਹੋ ਗਿਆ ਕਿ ਮੇਰੇ ਕੋਲ ਇੱਦਾਂ ਅਪ ਡਾਊਨ ਹੋ ਰਿਹਾ, ਮੈਂ ਕਦੀ ਰੋਜ਼ ਅੰਮ੍ਰਿਤਸਰ, ਰੋਜ਼ ਜਲੰਧਰ, ਰੋਜ਼ ਲੁਧਿਆਣੇ, ਰੋਜ਼ ਮਥੁਰਾ ਤੋਂ ਸਮਾਨ ਮੰਗਾ ਰਿਹਾ ਵਾਂ, ਇਹ ਲੋਕ ਲੈ ਕੇ ਜਾਈ ਜਾ ਰਹੇ ਜੀ। ਅਯੋਧਿਆ ਦਾ ਮਾਡਲ ਵੀ ਤੁਹਾਡੇ? ਹਾਂਜੀ ਅਯੋਧਿਆ ਦਾ ਮਾਡਲ ਜੀ, ਹਾਂ ਅਯੋਧਿਆ ਦਾ ਮਾਡਲ ਬਹੁਤ ਸ਼ਾਨਦਾਰ ਆਇਆ ਵਾ।